ਅਤੇ ਉਹਨੂੰ ਇੱਕ ਲਾਠੀ ਉੱਤੇ ਦੋ ਮਨੁੱਖ ਚੁੱਕ ਕੇ ਲਿਆਏ ਨਾਲੇ ਅਨਾਰ ਅਤੇ ਹੰਜੀਰਾ ਲਿਆਏ ਅਤੇ ਉਸ ਗੁੱच्छੇ ਦੇ ਕਾਰਨ ਜਿਹੜਾ ਇਸرائیਲੀਆਂ ਨੇ ਉੱਥੋਂ ਤੋੜਿਆ ਸੀ ਉਸ ਥਾਂ ਦਾ ਨਾਮ ਅਸ਼ਕੋਲ ਦੀ ਦੂਣ ਪੈ ਗਿਆ ਤਾਂ ਉਹ ਉਸ ਦੇਸ਼ ਦਾ ਖੋਜ ਕੱਢ ਕੇ 40 ਦਿਨਾਂ ਪਿੱਛੋਂ ਮੁੜੇ ਉਹ ਤੁਰ ਕੇ ਮੂਸਾ ਹਰੂਨ ਅਤੇ ਇਜ਼رائیਲੀਆਂ ਦੀ ਸਾਰੀ ਮੰਡਲੀ ਕੋਲ ਪਰਾਂ ਦੀ ਉਜਾੜ ਵਿੱਚ ਕਦੇਸ਼ ਕੋਲ ਆਏ ਅਤੇ ਸਾਰੀ ਮੰਡਲੀ ਲਈ ਖਬਰ ਲਿਆਏ ਨਾਲੇ ਉਸ ਧਰਤੀ ਦਾ ਫਲ ਵਿਖਾਇਆ ਅਤੇ ਉਹਨਾਂ ਨੇ ਉਹਨੂੰ ਨਿਰਣਾ ਕਰਕੇ ਆਖਿਆ ਕਿ ਅਸੀਂ ਉਸ ਦੇਸ਼ ਨੂੰ ਗਏ ਜਿੱਥੇ ਤੈ ਸਾਨੂੰ ਕਹ ਲਿਆ ਸੀ ਉੱਥੇ ਸੱਚ ਮੁੱਛ ਦੁੱਧ ਅਤੇ ਸ਼ਹਿਦ ਵਗਦਾ ਹੈ ਅਤੇ ਇਹ ਉਹਦਾ ਫਲ ਹੈ ਪ੍ਰੰਤੂ ਉਸ ਦੇਸ਼ ਦੇ ਵਾਸੀ ਬਲਵਾਨ ਹਨ ਅਤੇ ਉਸ ਦੇ ਸ਼ਹਿਰ ਗੜਾਂ ਵਾਲੇ ਅਤੇ ਵੱਡੇ ਵੱਡੇ ਹਨ ਨਾਲੇ ਅਸੀਂ ਉੱਥੇ ਅਨੋਖ ਦੀ ਅੰਸ ਨੂੰ ਵੀ ਵੇਖਿਆ ਉਸ ਦੇਸ਼ ਦੇ ਦੱਖਣ ਵੱਲ ਅਮਲੇਕੀ ਵਸਦੇ ਹਨ ਅਤੇ ਹਿੱਤੀ ਇਹ ਬਿਊਸੀ ਅਤੇ ਅਮੋਰੀ ਪਹਾੜ ਉੱਤੇ ਵੱਸਦੇ ਹਨ ਅਤੇ ਕਨਾਨੀ ਸਮੁੰਦਰ ਕੋਲ ਜਰਦਨ ਦੇ ਆਲੇ-ਦੁਆਲੇ ਵੱਸਦੇ ਹਨ ਤਾਂ ਕਾਲੇਬ ਨੇ ਮੂਸਾ ਦੇ ਅੱਗੇ ਪਰਜਾ ਨੂੰ ਚੁੱਪ ਕਰਾਇਆ ਅਤੇ ਆਖਿਆ ਜ਼ਰੂਰ ਅਸੀਂ ਉੱਪਰ ਜਾਈਏ ਅਤੇ ਉਸ ਦੇਸ਼ ਉੱਤੇ ਕਬਜ਼ਾ ਕਰੀਏ ਕਿਉਂ ਜੋ ਅਸੀਂ ਉਹਦੇ ਉੱਤੇ ਕਬਜ਼ਾ ਕਰ ਸਕਦੇ ਹਾਂ ਅਸੀਂ ਜ਼ਰੂਰ ਹੀ ਉਹਦੇ ਉੱਤੇ ਕਬਜ਼ਾ ਕਰ ਸਕਦੇ ਹਾਂ ਪਰ ਉਹਨਾਂ ਮਨੁੱਖਾਂ ਨੇ ਜਿਹੜੇ ਉਹਦੇ ਨਾਲ ਉੱਪਰ ਗਏ ਸਨ ਆਖਿਆ ਭਈ ਅਸੀਂ ਉਹਨਾਂ ਲੋਕਾਂ ਦੇ ਵਿਰੁੱਧ ਉੱਪਰ ਨਹੀਂ ਜਾ ਸਕਦੇ ਕਿਉਂ ਜੋ ਉਹ ਸਾਥੋਂ ਬਲਵਾਨ ਹਨ ਉਹ ਇਜ਼ਰਾਈਲੀਆਂ ਕੋਲ ਉਸ ਦੇਸ਼ ਦੀ ਬੁਰੀ ਖਬਰ ਲਿਆਏ ਜਿਹਦਾ ਉਹਨਾਂ ਨੇ ਖੋਜ ਕੱਢਿਆ ਸੀ ਅਤੇ ਆਖਣ ਲੱਗੇ ਕਿ ਜਿਸ ਦੇਸ਼ ਦੇ ਵਿੱਚ ਦੀ ਅਸੀਂ ਲੰਘੇ ਭਈ ਉਸ ਦਾ ਖੋਜ ਕੱਢੀ ਅਜਿਹਾ ਦੇਸ਼ ਹੈ ਜਿਹੜਾ ਆਪਣੇ ਵਾਸੀਆਂ ਨੂੰ ਖਾਂਦਾ ਹੈ ਨਾਲੇ ਸਾਰੇ ਲੋਕ ਜਿਨ੍ਹਾਂ ਨੂੰ ਅਸਾਂ ਉਸ ਵਿੱਚ ਵੇਖਿਆ ਵੱਡੇ ਵੱਡੇ ਕੱਦਾਂ ਵਾਲੇ ਮਨੁੱਖ ਹਨ ਅਤੇ ਉੱਥੇ ਅਸਾਂ ਨਫੀਲੀਮ ਉਹ ਜਿਹੜੀ ਅਨੋਖੀ ਅੰਸ ਹੈ ਦੰਤ ਵੇਖੇ ਅਤੇ ਅਸੀਂ ਆਪਣੀ ਨਿਗਾਹ ਵਿੱਚ ਟਿੱਡਿਆਂ ਵਰਗੇ ਸਾਂ ਅਤੇ ਉਹਨਾਂ ਦੀ ਨਿਗਾਹ ਵਿੱਚ ਵੀ ਅਸੀਂ ਇਵੇਂ ਹੀ ਸਾਂ ਓਕੇ ਸੋ ਤੁਸੀਂ ਇਸ ਸਟੋਰੀ ਨੂੰ ਸੁਣਿਆ ਇਹ ਸਟੋਰੀ ਆ ਜਦੋਂ موسی ਦੇ ਨਾਲ ਪਰਜਾ ਹੈ ਇਸرائیਲੀ ਪਰਜਾ ਜਿਹਨੂੰ ਪਰਮੇਸ਼ਵਰ ਕਨਾਨ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਵਾਅਦੇ ਦੀ ਧਰਤੀ ਵਿੱਚ ਲੈ ਕੇ ਜਾਣਾ ਚਾਹੁੰਦੇ ਆ ਤੇ ਉਹਨਾਂ ਨੇ ਖੋਜੀ ਭੱਲੇ ਆ ਉੱਥੇ ਉਹ ਧਰਤੀ ਨੂੰ ਦੇਖਣ ਵਾਸਤੇ ਕਿ ਜਾਓ ਦੇਖ ਕੇ ਆਓ ਧਰਤੀ ਕਿੱਦਾਂ ਦੀ ਆ ਜਦੋਂ ਹੁਣ ਉੱਥੇ ਗਏ ਤੇ ਉਥੋਂ ਉਹਨਾਂ ਨੇ ਫਰੂਟ ਲੈ ਕੇ ਆਏ ਅਨਾਰ ਲੈ ਕੇ ਆਏ ਹੰਜੀਰਾ ਲੈ ਕੇ ਆਏ ਅੰਗੂਰ ਲੈ ਕੇ ਆਏ ਤੇ ਅੰਗੂਰ ਕਿੱਦਾਂ ਦੇ ਸੀਗੇ ਦੋ ਜਣਿਆਂ ਨੇ ਇੱਕ ਗੁੱਛਾ ਜਿਹੜਾ ਆ ਦੋ ਜਣਿਆਂ ਨੇ ਇੱਕ ਸੋਟੀ ਲਈ ਇੱਕ ਨੇ ਇੱਕ ਮੋਢੇ ਤੇ ਰੱਖੀ ਦੂਜੇ ਨੇ ਦੂਜੇ ਮੋਢੇ ਤੇ ਤੇ ਉਹਦੇ ਉੱਤੇ ਇੱਕ ਗੁੱਛਾ ਅੰਗੂਰ ਦਾ ਟੰਗਿਆ ਮੇਰੇ ਖਿਆਲ ਦੇ ਵਿੱਚ ਐਸਟੀਮੇਟਡ ਕਿ ਇੱਕ ਅੰਗੂਰ ਜਿਹੜਾ ਆ 1.5 2 ਕਿਲੋ ਦਾ ਹੋਊਗਾ ਫਿਰ ਹਨਾ ਤਾਂ ਇੰਨਾ ਇੰਨੇ ਭਾਰੇ ਗੁੱਛੇ ਆ ਅੰਗੂਰਾਂ ਦੇ ਅਰੇ ਓ ਕੀ ਕਹਿ ਰਹੇ ਆ ਦਿਖਾ ਰਹੇ ਆ ਫਰੂਟ ਕੇ ਦੇਖੋ ਅਨਾਰ ਇੰਨਾ ਵੱਡਾ ਹਨ ਜੀਰਾ ਇੰਨਾ ਵੱਡੀਆਂ ਅਰ ਕਹਿੰਦੇ ਜਿੱਥੇ ਤੂੰ ਭੇਜਿਆ ਸੀ ਨਾ ਸੱਚੀ ਉੱਥੇ ਦੁੱਧ ਸ਼ਿਆਦ ਦੀਆਂ ਨਦੀਆਂ ਜਿਹੜੀਆਂ ਆ ਉਹ ਵਗਦੀਆਂ ਆ ਪਹਿਲਾਂ ਕੁਆਲਿਟੀਜ਼ ਦੱਸੀਆਂ ਉਹਨਾਂ ਨੇ ਉੱਥੇ ਦੀਆਂ ਪਰ ਨਾਲ ਕੀ ਕਹਿੰਦੇ ਕਹਿੰਦੇ ਵੀ ਉੱਥੇ ਦੇ ਜਿਹੜੇ ਲੋਕੀ ਆ ਉਹ ਬਹੁਤ ਬਲਵਾਨ ਆ ਹਨੋਕ ਦੀ ਅੰਸ ਜਿਹੜੀ ਆ ਉਹ ਉੱਥੇ ਵਸਦੀ ਆ ਅਰ ਉਹ ਤਾਂ ਬਹੁਤ ਵੱਡੇ ਵੱਡੇ ਕੱਦਾਂ ਵਾਲੇ ਆ ਉਹ ਅਸੀਂ ਤਾਂ ਉਹਨਾਂ ਦੇ ਅੱਗੇ ਟਿੱਡਿਆਂ ਵਰਗੇ ਆ ਉਹਨਾਂ ਉਹਨਾਂ ਦੀ ਨਜ਼ਰ ਵਿੱਚ ਵੀ ਕਹਿੰਦਾ ਟਿੱਡਿਆਂ ਵਰਗੇ ਤੇ ਅਸੀਂ ਆਪਣੀ ਨਜ਼ਰ ਵਿੱਚ ਵੀ ਦੇਖੀਏ ਤੇ ਅਸੀਂ ਉਹਨਾਂ ਦੇ ਸਾਹਮਣੇ ਟਿੱਡਿਆਂ ਵਰਗੇ ਆ। ਅਰ ਕਹਿੰਦੇ ਉਹ ਉਹ ਕਹਿੰਦੇ ਉੱਥੇ ਅਮਲਕੀ ਵੱਸਦੇ ਆ, ਜਰਦਨ ਦੇ ਕੰਡੇ ਤੇ ਫਲਾਣਾ ਵੱਸਦਾ ਆ, ਮਤਲਬ ਉਹਨਾਂ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ। ਹੁਣ ਜਿਹੜਾ ਇੱਥੇ ਕਾਲੇ ਬਿਆ ਕਾਲਮ ਨੇ ਉਹਨਾਂ ਨੂੰ ਚੁੱਪ ਕਰਾਇਆ। ਕਹਿੰਦਾ ਚੁੱਪ ਕਰੋ। ਤੁਸੀਂ ਉਹ ਚੀਜ਼ਾਂ ਨਾ ਬੋਲੋ ਜਿਹੜੀਆਂ ਗਲਤ ਆ ਮੂਸਾ ਦੇ ਅੱਗੇ ਤੁਸੀਂ ਕਿਹੜੀਆਂ ਗੱਲਾਂ ਨੂੰ ਦੱਸ ਰਹੇ ਤੁਸੀਂ ਚੰਗੀਆਂ ਗੱਲਾਂ ਦੇ ਨਾਲ-ਨਾਲ ਤੁਸੀਂ ਬੁਰੀਆਂ ਜ਼ਿਆਦਾ ਦੱਸ ਰਹੇ ਆ ਕਾਲਬ ਨਹੀਂ ਚਾਹੁੰਦਾ ਸੀਗਾ ਕਿ ਉਹ ਮਨੁੱਖ ਆਪਣੇ ਮੂੰਹ ਤੋਂ ਕੋਈ ਵੀ ਇਹੋ ਜੀ ਗੱਲ ਬੋਲਣ ਜਿਹੜੀ ਗੱਲ ਉਹਨਾਂ ਦੇ ਲਈ ਹਾਰ ਦਾ ਕਾਰਨ ਬਣੀ ਕਿਉਂਕਿ ਜਦੋਂ ਸਾਡੇ ਮੂੰਹ ਦੇ ਵਿੱਚੋਂ ਸ਼ਬਦ ਨਿਕਲਦੇ ਆ ਅਗਰ ਉਹ ਸ਼ਬਦ ਫਤਿਹ ਵਾਲੇ ਨਹੀਂ ਆ ਤਾਂ ਹਾਰ ਪੱਕੀ ਆ ਜਦੋਂ ਤੁਹਾਨੂੰ ਲੱਗਦਾ ਕਿ ਤੇ ਮੈਂ ਹਾਰ ਨਾ ਜਾਵਾਂ ਕਿਤੇ ਮੈਂ ਫੇਲ ਨਾ ਹੋ ਜਾਵਾਂ ਹਾਏ ਇਹ ਤਾਂ ਮੇਰੇ ਤੋਂ ਜ਼ਿਆਦਾ ਇੰਟੈਲੀਜੈਂਟ ਆ ਮੈਂ ਕਿੱਦਾਂ ਇਹਦੇ ਇਹਦੇ ਨਾਲੋਂ ਜ਼ਿਆਦਾ ਨੰਬਰ ਲੈ ਸਕਦਾ ਇਹ ਤਾਂ ਮੇਰੇ ਨਾਲੋਂ ਜ਼ਿਆਦਾ ਦੌੜਦਾ ਮੈਂ ਕਿੱਦਾਂ ਫਰਸਟ ਆ ਸਕਦਾ ਇਹ ਤਾਂ ਜਿਹੜਾ ਆ ਇਹ ਮਤਲਬ ਕੁਝ ਵੀ ਇਹਦੇ ਕੋਲ ਜ਼ਿਆਦਾ ਪੈਸੇ ਆ ਮੈਂ ਇਹਦੇ ਬਰਾਬਰ ਤੇ ਕਿੱਦਾਂ ਖੜਾ ਹੋ ਸਕਦਾ ਮਤਲਬ ਤੁਸੀਂ ਤੁਸੀਂ ਪਹਿਲਾਂ ਹੀ ਉਹਨੂੰ ਜਿਹੜਾ ਆ ਵਿਕਟਰੀ ਦੇ ਦਿੱਤੀ ਆ ਪਹਿਲਾਂ ਹੀ ਫਤਿਹ ਤੁਸੀਂ ਉਹਨੂੰ ਦੇ ਦਿੱਤੀ ਪਰਮੇਸ਼ਵਰ ਨੇ ਅਗਰ ਤੁਹਾਨੂੰ ਕਿਹਾ ਆ ਕਿ ਮੈਂ ਤੁਹਾਡੇ ਨਾਲ ਆ ਤੇ ਮੈਂ ਤੁਹਾਨੂੰ ਫਤਿਹ ਦਿੰਨਾ ਹੈ ਪਰ ਤੁਸੀਂ ਆਪਣੇ ਮੂੰਹ ਤੋਂ ਜਦੋਂ ਆਪਣੀ ਹਾਰ ਦਾ ਐਲਾਨ ਕਰਨਾ ਸ਼ੁਰੂ ਕਰ ਦਿੰਨੇ ਆ ਇਹਦੇ ਨਾਲ ਮੈਂ ਕਿੱਦਾਂ ਧੋੜ ਸਕਦਾ ਇਹਦੇ ਨਾਲ ਮੈਂ ਕਿੱਦਾਂ ਜਾ ਸਕਦਾ ਆ ਇਹ ਇੰਨਾ ਵੱਡਾ ਆ ਇਹ ਇਦਾਂ ਆ ਤਾਂ ਉਹ ਤੁਹਾਡੇ ਲਈ ਐਗਜ਼ੈਕਟਲੀ ਉਦਾਂ ਹੀ ਹੁੰਦਾ ਔਰ ਜਦੋਂ ਤੁਸੀਂ ਹਾਰ ਜਾਨੇ ਤੁਸੀਂ ਫਿਰ ਆਣ ਕੇ ਦੂਜੇ ਨੂੰ ਕੀ ਕਹਨੇ ਮੈਂ ਤੈਨੂੰ ਪਹਿਲਾਂ ਕਿਹਾ ਹੀਗਾ ਨਾ ਕਿ ਇਹ ਇਹ ਇਹਦੇ ਨਾਲ ਮੈਨੂੰ ਨਾ ਤੂੰ ਧੋੜਾ ਮੈਂ ਤੈਨੂੰ ਪਹਿਲਾਂ ਕਿਹਾ ਸੀ ਨਾ ਮੇਰੇ ਨਾਲੋਂ ਤਕੜਾ ਆਇਆ ਮੈਂ ਤੈਨੂੰ ਪਹਿਲਾਂ ਕਿਹਾ ਸੀ ਮੇਰੇ ਨਾਲੋਂ ਸੋਹਣਾ ਆਇਆ ਮੈਂ ਤੈਨੂੰ ਪਹਿਲਾਂ ਕਿਹਾ ਸੀ ਇਹਦੇ ਕੋਲ ਮੇਰੇ ਨਾਲੋਂ ਜ਼ਿਆਦਾ ਆ ਤਾਂ ਤੁਸੀਂ ਉਹਦੇ ਨਾਲ ਲੜਦੇ ਆ ਆਣ ਕੇ ਪਰ ਤੁਹਾਡੇ ਨਾਲ ਹੋਇਆ ਕਿਉਂ ਕਿਉਂਕਿ ਤੂੰ ਪਹਿਲਾਂ ਕਿਹਾ ਸੀ ਜੇ ਤੂੰ ਪਹਿਲਾਂ 네ਗੇਟਿਵ ਵਰਡ ਨਾ ਬੋਲਦਾ ਤੇਰੇ ਲਈ 네ਗੇਟਿਵ ਹੋਣਾ ਹੀ ਨਹੀਂ ਸੀ ਤੁਸੀਂ ਪਹਿਲਾਂ ਹੀ ਕਹਿਣ ਲੱਗ ਜਾਨੇ ਕਿਤੇ ਉਹ ਹੀ ਗੱਲ ਨਾ ਹੋਵੇ ਕਿ ਪ੍ਰਭੂ ਇਦਾਂ ਨਾ ਕਰੇ ਕਿਤੇ ਮੇਰੀ ਘਰ ਵਾਲੀ ਦੇ ਨਾਲ ਇਦਾਂ ਨਾ ਹੋ ਜਵੇ ਸਾਨੂੰ ਕੌਣ ਪਾਲੂਗਾ ਕਿੱਦਾਂ ਹੋਊਗੀ ਓਕੇ ਜਿਹੜੇ ਬ੍ਰਦਰ ਜੋਇਲ ਉਸਟੀਨੀਆ ਪ੍ਰਭੂ ਦੇ ਦਾਸ ਉਹਨਾਂ ਦੇ ਮਮਾ ਨੂੰ ਕੈਂਸਰ ਸੀਗੀ ਮੈਨੂੰ ਪਤਾ ਨਹੀਂ ਸ਼ਾਇਦ ਉਹਦੋਂ ਜੋਇਲ ਆਸਟਿਨ ਪੈਦਾ ਹੋਏ ਸੀ ਕਿ ਸ਼ਾਇਦ ਉਹਨਾਂ ਦਾ ਵੱਡਾ ਬ੍ਰਦਰ ਹੀ ਸੀਗਾ ਤੇ ਉਹਨਾਂ ਦੀ ਵੰਡਰਫੁਲ ਟੈਸਟੀਮਨੀ ਆ ਉਹਨਾਂ ਦੇ ਮਦਰ ਦੀ ਉਹਨਾਂ ਦੇ ਮਦਰ ਨੂੰ ਕੈਂਸਰ ਹੋ ਗਈ ਤੇ ਉਹਨਾਂ ਦੇ ਪਿਤਾ ਜੀ ਜਿਹੜੇ ਆ ਉਹ ਇੱਕ ਦਿਨ ਰੋ ਰੋ ਕੇ ਪ੍ਰਾਰਥਨਾ ਕਰ ਰਹੇ ਖੁਦਾ ਦੇ ਅੱਗੇ ਕਿ ਖੁਦਾ ਜੀ ਇਹਨੂੰ ਕੁਝ ਹੋ ਗਿਆ ਤੇ ਮੇਰੇ ਬੱਚਿਆਂ ਨੂੰ ਕੌਣ ਸੰਭਾਲੂਗਾ ਖੁਦਾ ਤੁਸੀਂ ਇਹਨੂੰ ਚੰਗਿਆਂ ਕਰੋ ਅਰ ਜਦੋਂ ਜੋਇਲ ਆਸਟਿਨ ਦੇ ਮਦਰ ਨੇ ਇਸ ਪ੍ਰਾਰਥਨਾ ਨੂੰ ਸੁਣਿਆ ਤਾਂ ਉਹਨਾਂ ਨੇ ਅ ਦੇਖਿਆ ਕਿ ਮੇਰਾ ਪਤੀ ਕਿਦਾਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰ ਰਿਹਾ ਤੇ ਉਹਨਾਂ ਨੇ ਇੱਕ ਲਿਸਟ ਬਣਾਈ ਪਰਮੇਸ਼ਵਰ ਦੇ ਸ਼ਿਫਾ ਵਾਲੇ ਵਰਡਾਂ ਦੀ ਜਿਹੜੇ ਵਰਡਸ ਆ ਉਹ ਸ਼ਬਦ ਜਿਹੜੀਆਂ ਆਇਤਾਂ ਆ ਸ਼ਿਫਾ ਵਾਲੀਆਂ ਉਹਨਾਂ ਨੇ ਉਹ ਲਿਸਟ ਬਣਾਈ ਅਰ ਉਹਨਾਂ ਨੇ ਉਹ ਸ਼ਬਦ ਜਿਹੜੇ ਆ ਬੋਲਨੇ ਸ਼ੁਰੂ ਕਰ ਦਿੱਤੇ ਜਦੋਂ ਉਹਨਾਂ ਨੇ ਉਹ ਸ਼ਬਦ ਬੋਲਨੇ ਸ਼ੁਰੂ ਕੀਤੇ ਰੋਜ਼ ਸਵੇਰ ਨੂੰ ਉੱਠਣਾ ਸ਼ਿਫਾ ਦੇ ਸ਼ਬਦ ਬੋਲਨੇ ਰੋਜ਼ ਰਾਤ ਨੂੰ ਜਿਹੜੇ ਆ ਉਹ ਸ਼ਿਫਾ ਦੇ ਸ਼ਬਦ ਬੋਲ ਰਹੇ ਆ ਤਾਂ ਜਦੋਂ ਉਹਨਾਂ ਨੇ ਸ਼ਿਫਾ ਦੇ ਸ਼ਬਦ ਬੋਲਨੇ ਸ਼ੁਰੂ ਕੀਤੇ ਉਹ ਕੋ ਮਤਲਬ ਜਦੋਂ ਵੀ ਉਹ ਬੋਲਦੇ ਆ ਉਹਦੇ ਲਈ ਸ਼ਿਫਾ ਦੇ ਸ਼ਬਦ ਬੋਲਦੇ ਆ ਕਹਿੰਦੇ ਮੈਂ ਇੱਕ ਵਾਰੀ ਵੀ ਜਿਹੜਾ ਆ ਕੈਂਸਰ ਨੂੰ ਨਹੀਂ ਕਿਹਾ ਕਿ ਮੈਨੂੰ ਕੈਂਸਰ ਆ ਜਾਂ ਇਦਾਂ ਆ ਕਿਉਂਕਿ ਪਰਮੇਸ਼ਵਰ ਦਾ ਜਿਹੜਾ ਸ਼ਬਦ ਆ ਨਾ ਉਹ ਦਵਾਈ ਵਾਂਗ ਕੰਮ ਕਰਦਾ ਜਦੋਂ ਉਹਨਾਂ ਨੇ ਸ਼ਿਫਾ ਦੇ ਸ਼ਬਦ ਬੋਲਨੇ ਸ਼ੁਰੂ ਕੀਤੇ ਤਾਂ ਪਹਿਲਾਂ ਉਹ ਗਏ ਡਾਕਟਰ ਦੇ ਕੋਲੇ ਬੋਲ ਰਹੇ ਸੀ ਸ਼ਬਦ ਤਾਂ ਡਾਕਟਰ ਨੇ ਕਿਹਾ ਇਹ ਤਾਂ ਸਾਨੂੰ ਲੱਗਦਾ ਕਿ ਕਾਫੀ ਵੱਧ ਗਈ ਹੈ ਕੈਂਸਰ ਪਰ ਫਿਰ ਵੀ ਉਹ ਡਿਸਪਾਇੰਟ ਨਹੀਂ ਹੋਏ ਉਹਨੂੰ ਪਤਾ ਹੈ ਕਿ ਜਿਹੜਾ ਪਰਮੇਸ਼ਵਰ ਦੇ ਮੂੰਹ ਦਾ ਸ਼ਬਦ ਹੈ ਇਹ ਇੱਕ ਦਵਾਈ ਦੇ ਵਾਂਗ ਜਿਹੜਾ ਆ ਓਕੇ ਕੰਮ ਕਰਦਾ ਆ ਤੇ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗੀ ਕਹਾਉਤਾਂ ਦੀ ਕਿਤਾਬ ਉਹਦਾ 4 ਨੰਬਰ ਅਧਿਆਇ ਤਾਂ ਉਹਦੀ ਉਹਦੀ 21 ਤੇ 22 ਨੰਬਰ ਆਇਤ ਨੂੰ ਮੈਂ ਜ਼ਰੂਰ ਦੇਖੂੰਗੀ ਇੱਥੇ ਲਿਖਿਆ ਉਹਨਾਂ ਨੂੰ ਆਪਣੀਆਂ ਅੱਖਾਂ ਤੋਂ ਪਰੋਖੇ ਨਾ ਹੋਣ ਦੇ ਬੁੱਕ ਆਫ ਪ੍ਰੋਵਰਬਸ ਚੈਪਟਰ ਨੰਬਰ 4 ਵਰਸ 21st ਐਂਡ 22nd ਕਹਾਉਤਾਂ ਦੀ ਕਿਤਾਬ 4 ਅਧਿਆਇ ਦੀ 22 ਨੰਬਰ ਆਇਤ ਕਹਿੰਦਾ ਉਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਪਰੋਖੇ ਨਾ ਹੋਣ ਦੇ ਕਿਨਾਂ ਨੂੰ ਪਰਮੇਸ਼ਵਰ ਦੇਆਂ ਵਚਨਾਂ ਨੂੰ ਆਪਣੀਆਂ ਅੱਖਾਂ ਤੋਂ ਪਰੋਖੇ ਨਾ ਹੋਣ ਦੇ ਤੇਰੀ ਨਜ਼ਰ ਦੇ ਵਿੱਚ ਪਰਮੇਸ਼ਵਰ ਦਾ ਵਚਨ ਜਿਹੜਾ ਆ ਨਾ ਉਹ ਕਾਇਮ ਰਹਿਣਾ ਚਾਹੀਦਾ ਆ ਅਰ ਕੀ ਕਹਿੰਦਾ ਆਪਣੇ ਮਨ ਵਿੱਚ ਉਹਨਾਂ ਨੂੰ ਸਾਂਭ ਕੇ ਰੱਖ ਪਰਮੇਸ਼ਵਰ ਦਾ ਬਚਨ ਆਪਣੀਆਂ ਅੱਖਾਂ ਤੋਂ ਵੀ ਨਾ ਪਾਸੇ ਹੋਣ ਦੇ ਆਪਣੇ ਹਿਰਦੇ ਦੇ ਅੰਦਰ ਆਪਣੇ ਮਨ ਦੇ ਅੰਦਰ ਪਰਮੇਸ਼ਵਰ ਦੇ ਬਚਨ ਨੂੰ ਸਾਹਮਣੇ ਰੱਖ ਜਦ ਵੀ ਤੂੰ ਸਮੱਸਿਆ ਚ ਹੈ ਨਾ ਤੇਰੇ ਮਨ ਦੇ ਅੰਦਰ ਪਰਮੇਸ਼ਵਰ ਦਾ ਬਚਨ ਹੋਣਾ ਚਾਹੀਦਾ ਹੈ ਕਿ ਪਰਮੇਸ਼ਵਰ ਦੇ ਬਚਨ ਚ ਆਹ ਗੱਲ ਲਿਖੀ ਆ ਮੇਰੇ ਲਈ ਇਦਾਂ ਹੀ ਹੋਊਗਾ ਜਿੱਦਾਂ ਪਰਮੇਸ਼ਵਰ ਦੇ ਬਚਨ ਵਿੱਚ ਲਿਖਿਆ ਜਿੱਦਾਂ ਬਾਣੀ ਦੇ ਵਿੱਚ ਲਿਖਿਆ ਆ ਅਰ ਕਹਿੰਦਾ ਆਪਣੇ ਜਿਨ੍ਹਾਂ ਨੂੰ ਉਹ ਪ੍ਰਾਪਤ ਹੁੰਦੀਆਂ ਹਨ ਆਪਣੇ ਮਨ ਵਿੱਚ ਉਹਨਾਂ ਨੂੰ ਸਾਹਮਣੇ ਰੱਖ ਅਰ ਜਿਨ੍ਹਾਂ ਨੂੰ ਉਹ ਪ੍ਰਾਪਤ ਹੁੰਦੀਆਂ ਹਨ ਉਹਨਾਂ ਦੇ ਲਈ ਜੀਉਣ ਹਨ ਜਿਨ੍ਹਾਂ ਨੂੰ ਇਹ ਗੱਲਾਂ ਪ੍ਰਾਪਤ ਹੁੰਦੀਆਂ ਆ ਉਹਨਾਂ ਦੇ ਲਈ ਜੀਵਨ ਆ ਇਹ ਵਚਨ ਜਿਹੜੇ ਆ ਇਹ ਕੀ ਆ ਜੀਵਨ ਆ ਪਰਮੇਸ਼ਵਰ ਦੀ ਬਾਣੀ ਜਿਹਨੂੰ ਸੁਣਨ ਨੂੰ ਮਿਲ ਜੂਏ ਜਿਹਨੂੰ ਸਮਝਣ ਲਈ ਮਿਲ ਜੂਏ ਜਿਹੜਾ ਆਪਣੇ ਹਿਰਦੇ ਦੇ ਵਿੱਚ ਪਰਮੇਸ਼ਵਰ ਦੀ ਬਾਣੀ ਨੂੰ ਰੱਖ ਲਵੇ ਉਹਨਾਂ ਦੇ ਲਈ ਇਹ ਬਾਣੀ ਜਿਹੜੀ ਆ ਜੀਵਨ ਆ ਤੇ ਉਹਨਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ ਉਹਨਾਂ ਦੇ ਸਾਰੇ ਸਰੀਰ ਦੇ ਲਈ ਉਹਨਾਂ ਦੇ ਜਿਸਮ ਦੇ ਹਰੇਕ ਬਾਡੀ ਪਾਰਟ ਦੇ ਲਈ ਅੰਦਰੂਨੀ ਤੁਹਾਡੇ ਜਿਹੜੇ ਜਿਸਮਾਨੀ ਅੰਗ ਹੈ ਉਹਨਾਂ ਦੇ ਲਈ ਤੁਹਾਡੇ ਬਾਹਰਲੇ ਜਿਸਮਾਨੀ ਅੰਗ ਹੈ ਉਹਨਾਂ ਦੇ ਲਈ ਤੁਹਾਡੇ ਸਾਰੇ ਸਰੀਰ ਦੇ ਲਈ ਤੰਦਰੁਸਤੀ ਆ ਪਰਮੇਸ਼ਵਰ ਦਾ ਵਚਨ ਅਰ ਸਿਸਟਰ ਆਸਟ੍ਰੀਨ ਦੱਸਦੇ ਆ ਪਾਸਟਰ ਦੇ ਮਦਰ ਦੱਸਦੇ ਆ ਕਿ ਜਦੋਂ ਉਹਨਾਂ ਨੂੰ ਕੈਂਸਰ ਸੀਗੀ ਤਾਂ ਉਹ ਇਦਾਂ ਹੀ ਪਰਮੇਸ਼ਵਰ ਦਾ ਵਚਨ ਬੋਲਦੇ ਸੀ ਕਿ ਪਰਮੇਸ਼ਵਰ ਦਾ ਬਚਨ ਮੇਰੇ ਸਾਰੇ ਸਰੀਰ ਦੇ ਲਈ ਤੰਦਰੁਸਤੀ ਆ ਪਰਮੇਸ਼ਵਰ ਦੇ ਬਚਨ ਦੇ ਵਿੱਚ ਲਿਖਿਆ ਆ ਕਿ ਉਹਦੇ ਮਾਰ ਖਾਣ ਨਾਲ ਅਸੀਂ ਚੰਗੇ ਕੀਤੇ ਗਏ ਆ ਪਰਮੇਸ਼ਵਰ ਦੇ ਬਚਨ ਦੇ ਵਿੱਚ ਲਿਖਿਆ ਆ ਉਹਨੇ ਸਾਡੇ ਗਾਮ ਚੁੱਕ ਲਏ ਆ ਪਰਮੇਸ਼ਵਰ ਦੇ ਬਚਨ ਦੇ ਵਿੱਚ ਲਿਖਿਆ ਮੈਂ ਤੈਨੂੰ ਨਰੋਇਆ ਕਰਨਾ ਚਾਹੁੰਦਾ ਆ ਪਰਮੇਸ਼ਵਰ ਦੇ ਬਚਨ ਦੇ ਵਿੱਚ ਲਿਖਿਆ ਆ ਕਿ ਉਹ ਤੁਹਾਡੇ ਸਾਰੇ ਦੁੱਖਾਂ ਨੂੰ ਚੱਕ ਲੂਗਾ ਉਹਨੇ ਤੁਹਾਨੂੰ ਸਾਰੇ ਰੋਗਾਂ ਤੋਂ ਸ਼ਿਫਾ ਦਿੱਤੀ ਜਦੋਂ ਉਹ ਪਰਮੇਸ਼ਵਰ ਦੇ ਬਚਨ ਨੂੰ ਬੋਲਦੇ ਸੀਗੇ ਉਹ ਕਵਨ ਐਂਡ ਦ ਵਰਡਸ ਨੂੰ ਬੋਲਦੇ ਸੀਗੇ ਤਾਂ ਕੀ ਹੋਇਆ ਭਾਵੇਂ ਡਾਕਟਰ ਨੇ ਕਿਹਾ ਕਿ ਵਾਦ